ਜਿਹੜਾ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤਪ ਸਥਾਨ ਆ ਜੀ, ਉਹਦੇ ਲਈ ਵੀ ਬੱਸ ਇੱਥੋਂ ਸਿੰਬਲ ਚੋਆ ਤੋਂ ਮਿਲਦੀ ਆ, ਅੱਗੇ ਨੂੰ ਆਪਾਂ ਨੂੰ ਜਾਣਾ ਪੈਂਦਾ। ਇਹ ਆ ਗਈ ਆਪਣੀ ਬੱਸ ਅਤੇ ਆਪਾਂ ਚੱਲਦੇ ਹਾਂ। ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਅੱਜ ਆਪਾਂ ਪਹੁੰਚੇ ਹਾਂ ਜੀ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਜੀ। ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਜੀ ਵਰਤਮਾਨ ਗੱਦੀ ਨਸ਼ੀਨ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ 10ਵੇਂ ਵੰਸ਼ਜ ਨੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ। ਇਸ ਜਗ੍ਹਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 2 ਸਾਲ ਤਪੱਸਿਆ ਕੀਤੀ ਸੀ ਜੀ। ਲੱਕੜ ਦਾ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਸਥਾਨ ਉੱਤੇ ਚਲਾਇਆ ਸੀ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਕਟੜਾ ਵੈਸ਼ਨੋ ਦੇਵੀ ਤੋਂ ਇਸ ਸਥਾਨ ਦੀ ਦੂਰੀ ਜੀ ਤਕਰੀਬਨ ਜੀ 28 ਕਿਲੋਮੀਟਰ ਆ। ਰਿਆਸੀ ਤੋਂ ਇਸ ਸਥਾਨ ਦੀ ਦੂਰੀ ਜੀ ਤਕਰੀਬਨ 18 ਕਿਲੋਮੀਟਰ ਆ ਜੀ। ਲਗਾਤਾਰ ਬੱਸਾਂ ਚੱਲਦੀਆਂ ਨੇ, ਬੱਸ ਸਰਵਿਸ ਆ ਜੀ। ਆਪਾਂ ਬਹੁਤ ਆਸਾਨੀ ਨਾਲ ਇਸ ਸਥਾਨ ਦੇ ਉੱਤੇ ਪਹੁੰਚ ਸਕਦੇ ਹਾਂ ਜੀ। ਸਿੰਬਲ ਚੋਆ ਨਾਂ ਦੀ ਇੱਕ ਜਗ੍ਹਾ ਆਉਂਦੀ ਆ ਜੀ, ਜਦੋਂ ਆਪਾਂ ਕਟੜੇ ਤੋਂ ਆਉਂਦੇ ਹਾਂ ਉਸ ਜਗ੍ਹਾ ਉਤਰ ਸਕਦੇ ਹਾਂ। ਉਸ ਜਗ੍ਹਾ ਤੋਂ ਡੇਰਾ ਬਾਬਾ ਲਈ ਆਪਾਂ ਬੱਸ ਲੈ ਸਕਦੇ ਹਾਂ ਜੀ। ਯਾਨੀ ਕੋਈ ਵੀ ਦਿੱਕਤ ਪਰੇਸ਼ਾਨੀ ਜੀ ਆਪਾਂ ਨੂੰ ਇਸ ਸਥਾਨ 'ਤੇ ਪਹੁੰਚਣਾ ਹੋਵੇ, ਦਰਸ਼ਨ ਕਰਨੇ ਹੋਣ, ਤਾਂ ਨਹੀਂ ਆਉਂਦੀ ਜੀ। ਬਹੁਤ ਆਸਾਨੀ ਨਾਲ ਆਪਾਂ ਇਸ ਸਥਾਨ ਦੇ ਉੱਤੇ ਪਹੁੰਚ ਸਕਦੇ ਹਾਂ ਜੀ। ਦਰਸ਼ਨ ਕਰ ਰਹੇ ਹਾਂ ਜੀ ਮਾਤਾ ਜੋਗਿੰਦਰ ਕੌਰ ਸੋਢੀ ਜੀ ਜਿਹਦੇ ਸਟੈਚੂ ਲੱਗਿਆ ਹੋਇਆ ਇਸ ਸਥਾਨ ਦੇ ਉੱਤੇ ਜੀ। ਪੜ੍ਹ ਸਕਦੇ ਹਾਂ ਆਪਾਂ, ਜਨਮ ਮਰਨ ਦੂਹੋਂ ਮਹਿਨਾਹੇ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਮਾਤਾ ਜੋਗਿੰਦਰ ਕੌਰ ਜੀ ਸੋਢੀ ਜੀ ਦਾ ਸੰਘਰਸ਼ਮਈ ਜੀਵਨ ਅਤੇ ਉਹਨਾਂ ਦੀਆਂ ਸੇਵਾਵਾਂ ਬੰਦਈ ਸਿੱਖ ਸੰਪਰਦਾਇ ਡੇਰਾ ਸਾਹਿਬ ਅਤੇ ਪਰਿਵਾਰ ਲਈ ਹਮੇਸ਼ਾ ਮਾਰਗਦਰਸ਼ਨ ਰਹਿਣਗੀਆਂ ਜੀ। ਆਪਾਂ ਜੀ ਪਹਿਲਾਂ ਵੀ ਇਸ ਸਥਾਨ ਦੇ ਦਰਸ਼ਨ ਕਰਕੇ ਗਏ ਸੀ, ਆਪਾਂ ਬਲੌਗ ਪਾਏ ਸੀ ਇਸ ਸਥਾਨ ਦੇ ਜੀ। ਅੱਜ ਆਪਾਂ ਫਿਰ ਇਸ ਸਥਾਨ ਦੇ ਉੱਤੇ ਆਏ ਹਾਂ। ਮਾਤਾ ਸੁਖਵੀਰ ਕੌਰ ਜੀ ਦੀ ਬਰਸੀ ਆ ਜੀ, ਉਸ ਦੇ ਸੰਬੰਧ ਵਿੱਚ ਆਪਾਂ ਇਸ ਜਗ੍ਹਾ ਪਹੁੰਚੇ ਹੋਏ ਹਾਂ ਜੀ। ਤੁਸੀਂ ਯਕੀਨ ਮੰਨਿਓ, ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ। ਚਨਾਬ ਦੇ ਕੰਢੇ ਦੇ ਉੱਤੇ ਇੱਕ ਸ਼ਾਂਤ ਸਕੂਨ ਵਾਲੀ ਜਗ੍ਹਾ ਜੀ ਇਹ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ। ਤੁਸੀਂ ਯਕੀਨ ਮੰਨਿਓ, ਜਦੋਂ ਆਪਾਂ ਇਸ ਸਥਾਨ ਦੇ ਉੱਤੇ ਆਉਂਦੇ ਹਾਂ ਤਾਂ ਇੱਕ ਸਕੂਨ, ਇੱਕ ਸ਼ਾਂਤੀ ਆਉਂਦੀ ਆ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਸੋਹਣਾ ਜੀ ਇਹ ਸਥਾਨ ਚੁਣਿਆ ਸੀ। 2 ਸਾਲ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਜਗ੍ਹਾ ਤਪੱਸਿਆ ਕੀਤੀ ਜੀ। ਗ੍ਰਹਿਸਥ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਸਥਾਨ ਉੱਤੇ ਬਿਤਾਇਆ ਸੀ ਜੀ। ਇਸ ਸਥਾਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਹੁੰਦੀ ਆ, ਸ਼ਹੀਦੀ ਹੁੰਦੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ। 52 ਫੁੱਟ ਉੱਚਾ ਜੀ ਦੇਵਦਾਰ ਲੱਕੜ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਸ਼ਾਨ ਸਾਹਿਬ ਇਸ ਜਗ੍ਹਾ ਝੁਲਾਇਆ ਸੀ ਜੀ। ਇਹ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ, ਇਤਿਹਾਸਕ ਸਥਾਨ ਆ ਜੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀ। ਆਪਾਂ ਨੇੜੇ ਤੋਂ ਵੀ ਦਰਸ਼ਨ ਕਰਦੇ ਹਾਂ ਚੱਲ ਕੇ ਇਸ ਸਥਾਨ ਦੇ ਜੀ। ਅੰਦਰ ਰਿਪੇਅਰ ਦਾ ਕੰਮ ਚੱਲ ਰਿਹਾ ਜੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਜੀ ਦੂਸਰੀ ਜਗ੍ਹਾ ਕੀਤੇ ਹੋਏ ਨੇ ਜੀ, ਆਪਾਂ ਦਰਸ਼ਨ ਕਰਦੇ ਹਾਂ ਚੱਲ ਕੇ ਜੀ। ਬਾਬਾ ਜਤਿੰਦਰਪਾਲ ਸਿੰਘ ਸੋਢੀ ਜੀ ਦੇ ਬਹੁਤ ਵੱਡੇ ਉਪਰਾਲੇ ਨੇ ਜੀ। ਇਹ ਸਕੂਲ ਵੀ ਬਣਿਆ ਹੋਇਆ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੇ ਉੱਤੇ ਜੀ। ਸੱਚਖੰਡ ਵਾਸੀ ਮਾਤਾ ਸੁਖਵੀਰ ਕੌਰ ਜੀ ਦੀ 4ਵੀਂ ਬਰਸੀ ਨੂੰ ਸਮਰਪਿਤ ਜੀ
ਇਹ ਮਹਾਨ ਗੁਰਮਤਿ ਸਮਾਗਮ ਜੀ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਰਵਾਇਆ ਜਾ ਰਿਹਾ ਜੀ। ਬਹੁਤ ਦੂਰੋਂ ਦੂਰੋਂ ਸੰਗਤਾਂ ਜੀ ਮਾਤਾ ਸੁਖਬੀਰ ਕੌਰ ਜੀ ਦੀ ਚੌਥੀ ਬਰਸੀ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਜੀ। ਇਹ ਵੀ ਕੁਛ ਸ਼ਰਧਾਲੂ ਨੇ ਜੀ, ਸੇਵਕ ਨੇ ਜੀ, ਇਸ ਜਗ੍ਹਾ ਨਾਲ ਜੁੜੇ ਹੋਏ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ ਜੀ। ਕਿਸ ਸਥਾਨ ਤੋਂ ਆਏ ਹਾਂ ਜੀ ਆਪਾਂ ਜੀ? ਅੱਛਾ ਜੀ, ਅਸੀਂ ਤਕਰੀਬਨ 74 ਤੋਂ 1974 ਤੋਂ ਆਉਣ ਲੱਗੇ ਇੱਥੇ, ਇਸ ਜਗ੍ਹਾ ਨਾਲ ਜੁੜੇ ਹੋਏ। ਅੱਛਾ ਜੀ, ਅੱਛਾ ਜੀ, ਅਸੀਂ ਵਾਹਿ ਪ੍ਰਧਾਨ। ਅੱਛਾ ਜੀ, ਠੀਕ ਆ ਜੀ। ਪੰਜਾਬ ਦੀ ਸੰਗਤ ਵੀ ਬਹੁਤ ਜ਼ਿਆਦਾ ਇਸ ਸਥਾਨ ਨਾਲ ਹੁਣ ਜੁੜ ਚੁੱਕੀ ਆ ਜੀ। ਸੰਗਤ ਪੰਜਾਬ ਤੋਂ ਵੀ ਆ ਰਹੀ ਆ, ਜੰਮੂ ਦੇ ਨੇੜੇ ਤੇੜੇ ਦੀ ਜਿਹੜੀ ਸੰਗਤ ਆ, ਜੰਮੂ ਏਰੀਏ ਦੀ ਸੰਗਤ ਵੀ ਇਸ ਜਗ੍ਹਾ ਨਾਲ ਹੁਣ ਜੁੜ ਰਹੀ ਆ ਜੀ। ਜਾਣੀ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ, ਜ਼ਿੰਦਗੀ 'ਚ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਿਓ ਜੀ। ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ। ਸਗਲੇ ਧਰਤੀ ਮਾਲ ਦਨ ਵਰਤਨ ਸਰਬ ਜੰਜਾਲ, ਨਾਨਕ ਮੋਸੇ ਜਾਨ ਵਿਹੁਣੇ ਖਾਏ ਗਿਆ ਜਮ ਕਾਲ ਮਹਿਲਾ ਪਹਿਲਾ। ਦਰਸ਼ਨ ਕਰ ਲਏ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਜੋ ਆਪਾਂ ਉਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਹੱਥੀ ਚੜਾਇਆ ਸੀ ਜੀ, ਹੱਥੀ ਚੜਾਇਆ ਸੀ ਇਸ ਜਗ੍ਹਾ ਦੇ ਉੱਤੇ ਜੀ। ਬਹੁਤ ਵੱਡੀ ਕੁਰਬਾਨੀ ਸੀ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀ। ਸਿੱਖ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੀ। ਜਿਸ ਜਗ੍ਹਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਤਸੀਹੇ ਦਿੱਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਦਿੱਲੀ ਮਹਿਰੌਲੀ ਦੀ ਉਹ ਜਗ੍ਹਾ ਆ ਜੀ, ਮਹਿਰੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਜੇਕਰ ਤੁਸੀਂ ਉਸ ਸਥਾਨ ਦੇ ਵੀ ਦਰਸ਼ਨ ਕਰਨੇ ਹੋਣ ਤਾਂ ਸਾਡੇ ਚੈਨਲ 'ਤੇ ਜਾ ਕੇ ਜੀ ਤੁਸੀਂ ਉਸ ਸਥਾਨ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ। ਇਹ ਆ ਜੀ ਉਹ ਦੇਵਦਾਰ ਲੱਕੜ ਦਾ ਨਿਸ਼ਾਨ ਸਾਹਿਬ ਜੀ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਹੱਥੀ ਜੀ ਇਸ ਜਗ੍ਹਾ ਦੇ ਉੱਤੇ ਚਲਾਇਆ ਸੀ ਜੀ। ਆਪਾਂ ਦਰਸ਼ਨ ਕਰ ਸਕਦੇ ਹਾਂ ਜੀ ਦੁਬਾਰਾ ਤੋਂ। ਫਿਰ ਉਹੀ ਗੱਲ ਜੀ, ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਰਮਣੀਕ, ਇਹ ਸ਼ਾਂਤ ਸਥਾਨ ਬਣਿਆ ਹੋਇਆ ਜੀ। ਮਾਤਾ ਜੋਗਿੰਦਰ ਕੌਰ ਦੀਵਾਨ ਹਾਲ, ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ, ਜਹਾਂ ਸਿਮਰੈ ਤਹਾਂ ਹਾਜ਼ਰ। ਦਰਸ਼ਨ ਕਰ ਸਕਦੇ ਹਾਂ ਜੀ ਆਪਾਂ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਸ ਤਪ ਸਥਾਨ ਦੇ ਜੀ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ। ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦੀ ਇੱਕ ਝਲਕ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਜੀ। ਇਸ ਸਥਾਨ ਦਾ ਇਤਿਹਾਸ ਵੀ ਲਿਖਿਆ ਹੋਇਆ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੰਖੇਪ ਜੀਵਨੀ ਦਾ ਬਿਊਰਾ ਵੀ ਇਸ ਜਗ੍ਹਾ ਦਿੱਤਾ ਹੋਇਆ ਜੀ, ਆਪਾਂ ਪੜ੍ਹ ਸਕਦੇ ਹਾਂ ਵੀਡੀਓ ਨੂੰ ਰੋਕ ਕੇ ਜੀ। ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ, ਜਹਾਂ ਸਿਮਰੈ ਤਹਾਂ ਹਾਜ਼ਰ ਜੀ। ਇਸ ਸਥਾਨ ਦੀ ਸੇਵਾ ਦਾ ਕੰਮ ਚੱਲ ਰਿਹਾ ਜੀ। ਜਪਿਆ ਕਰੋ ਵਾਹਿਗੁਰੂ ਵਾਹਿਗੁਰੂ। ਇਹ ਆ ਜੀ ਪਵਿੱਤਰ ਬੇਰੀ ਸਾਹਿਬ ਤਪ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ।
ਰਿਪੇਅਰ ਦਾ ਕੰਮ ਚੱਲ ਰਿਹਾ ਜੀ, ਰਿਪੇਅਰ ਹੋ ਰਹੀ ਆ ਇਸ ਸਥਾਨ ਦੀ ਜੀ। ਆਪਾਂ ਦੇਖ ਸਕਦੇ ਆਪਣੀ ਸਕਰੀਨ ਦੇ ਉੱਤੇ ਜੀ, ਪਹਿਲਾਂ ਇਸ ਜਗ੍ਹਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇ ਹੋਏ ਸਨ ਜੀ, ਹੁਣ ਦੂਸਰੀ ਜਗ੍ਹਾ 'ਤੇ ਪ੍ਰਕਾਸ਼ ਕੀਤੇ ਨੇ, ਆਪਾਂ ਦਰਸ਼ਨ ਕਰਕੇ ਆਏ ਹਾਂ ਪਿੱਛੇ ਵੀਡੀਓ ਦੇ ਵਿੱਚ ਜੀ। ਇਹ ਦੇਖੋ ਸਰਹੰਦੀ ਇੱਟਾਂ ਦਾ ਬਹੁਤ ਸੋਹਣਾ ਜੀ ਇਹ ਸਥਾਨ ਬਣਿਆ ਹੋਇਆ ਜੀ, ਰਿਪੇਅਰ ਦਾ ਕੰਮ ਚੱਲ ਰਿਹਾ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਹਾਜ਼ਰ ਨਾਜ਼ਰ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ। ਸੁਖਬੀਰ ਕੌਰ ਜੀ ਦੇ ਨਾਮ ਦੇ ਉੱਤੇ ਬਣਿਆ ਹੋਇਆ ਲੰਗਰ ਹਾਲ ਜੀ, ਚੌਥੀ ਬਰਸੀ ਆ ਮਾਤਾ ਸੁਖਬੀਰ ਕੌਰ ਜੀ ਦੀ ਜੀ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਜੀ। ਆਪਾਂ ਚੱਲਦੇ ਹਾਂ ਉਸ ਸਮਾਗਮ ਦੇ ਵਿੱਚ ਵੀ ਹਾਜ਼ਰੀ ਭਰਦੇ ਹਾਂ ਜੀ। ਮਾਤਾ ਸੁਖਬੀਰ ਕੌਰ ਜੀ ਲੰਗਰ ਹਾਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਾਰੇ ਜਣੇ ਰਲ ਮਿਲ ਕੇ ਜੀ ਇਸ ਧਾਰਮਿਕ ਸਥਾਨ ਦੇ ਇੱਕ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰ ਚੱਲੇ ਜੀ। ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ 'ਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। Da 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 da